ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਜਦੋਂ ਤੋਂ ਬਾਦਲ ਪਰਿਵਾਰ ਅਤੇ ਢੀਂਡਸਾ ਪਰਿਵਾਰ ਵਿਚਾਲੇ ਖੜਕੀ ਹੈ, ਇਹਨਾਂ ਦੋਹਾਂ ਦੇ ਵਿੱਚ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਦੌੜ ਲੱਗੀ ਹੋਈ ਹੈ। 2 ਤਰੀਕ ਨੂੰ ਬਾਦਲਾਂ ਨੇ ਰੈਲੀ ਕੀਤੀ ਸੰਗਰੂਰ ਦੇ ਵਿੱਚ, ਤਾਂ 23 ਤਰੀਕ ਨੂੰ ਢੀਂਡਸਿਆਂ ਨੇ ਵੀ ਰੈਲੀ ਕਰ ਦਿੱਤੀ, ਜਿਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੇ ਇਹ ਦਾਅਵਾ ਕੀਤਾ ਹੈ ਕਿ ਉਹਨਾਂ ਦਾ ਮੁੱਖ ਮਕਸਦ ਸੁਖਬੀਰ ਬਾਦਲ ਦਾ ਹੰਕਾਰ ਤੋੜਨਾ ਸੀ ਅਤੇ ਉਹਨਾਂ ਨੇ ਹੰਕਾਰ ਤੋੜ ਦਿੱਤਾ ਹੈ। ਇੱਕ ਹੰਕਾਰ ਤੋੜਨਾ ਸੀ ਉਹਦਾ, ਤੁਹਾਡੇ ਸਾਹਮਣੇ ਹੰਕਾਰ ਟੁੱਟ ਗਿਆ, ਨਹੀਂ ਟੁੱਟ ਗਿਆ? ਅੱਜ ਤੁਸੀਂ ਆਪ ਲਿਖਿਓ ਕਿ ਹੰਕਾਰ ਟੁੱਟਿਆ ਕਿ ਨਹੀਂ ਟੁੱਟਿਆ, ਕਿ ਉਹਨਾਂ ਦੇ ਘੱਟ ਤੋਂ ਘੱਟ ਘੱਟ ਸੀ, ਉਹਨਾਂ ਨੇ ਲੰਬਾ ਕੀਤਾ ਸੀ, ਅਸੀਂ ਇੱਧਰ ਵੀ ਲਾਈਆਂ। ਇਸ ਤੋਂ ਇਲਾਵਾ ਲੋਕ ਕਿਵੇਂ ਖੜ੍ਹੇ ਰਹੇ ਅਖੀਰਲੇ ਦਮ ਤੱਕ, ਇਸ ਕਰਕੇ ਅਸੀਂ ਹੰਕਾਰ ਤੋੜਨਾ ਸੀ, ਉਹਨੂੰ ਦੱਸਣਾ ਸੀ ਕਿ ਪੈਸਾ ਕੁਛ ਨਹੀਂ ਹੈ, ਪੈਸੇ ਦੇ ਸਾਹਮਣੇ, ਲੋਕਾਂ ਦੇ ਸਾਹਮਣੇ ਪੈਸਾ ਕੁਛ ਨਹੀਂ ਕਰ ਸਕਦਾ। ਉਸ ਹੜ ਆਉਂਦਾ ਜਦੋਂ ਉਹ ਸਾਰਾ ਕੁਛ ਰੋੜ ਕੇ ਲੈ ਜਾਂਦਾ। ਪਰਮਿੰਦਰ ਸਿੰਘ ਢੀਂਡਸਾ ਦਾ ਇਸ ਰੈਲੀ ਤੋਂ ਬਾਅਦ ਕਹਿਣਾ ਹੈ ਕਿ ਅਸੀਂ ਜਿੰਨਾ ਇਕੱਠ ਕੀਤਾ ਉਹ 2.5 ਗੁਣਾ ਇਕੱਠ ਬਾਦਲਾਂ ਦੇ ਇਕੱਠ ਨਾਲੋਂ ਵੱਧ ਸੀ ਅਤੇ ਆਪ ਮੁਹਾਰੇ ਲੋਕ ਆਏ ਸਨ, ਜਦਕਿ ਉਹਨਾਂ ਨੇ ਪੈਸਾ ਖਰਚ ਕੇ ਲਿਆਂਦੇ ਸਨ। ਮੈਂ ਸਮਝਦਾ ਉਹਨਾਂ ਦੀ ਰੈਲੀ ਨਾਲੋਂ 2.5 ਗੁਣਾ ਇਕੱਠ ਸੀ, 1 ਇੰਚ ਵੀ ਬੈਠਣ ਨੂੰ ਜਗ੍ਹਾ ਨਹੀਂ ਸੀ ਅਤੇ ਲੋਕਾਂ ਵਿੱਚ ਉਤਸ਼ਾਹ ਸੀ, ਜੋਸ਼ ਸੀ ਅਤੇ ਸਾਰੇ ਲੋਕ ਆਪ ਆਏ ਸੀ। ਉਹਨਾਂ ਨੇ ਤਾਂ ਫੈਕਟਰੀਆਂ 'ਚੋਂ ਕਿਤੇ ਇਕੱਠੇ ਕੀਤੇ, ਜੁੱਤਿਆਂ ਦੀ ਫੈਕਟਰੀ 'ਚੋਂ, ਟਰੈਕਟਰਾਂ ਦੀ ਫੈਕਟਰੀ 'ਚੋਂ ਲੇਬਰ ਨੂੰ ਜਿਹੜਾ ਛੁੱਟੀ ਕਰਾ ਕੇ ਇੱਥੇ ਲੈ ਕੇ ਆਏ ਅਤੇ ਮਤਲਬ ਪਹਾੜੇ 'ਤੇ ਲਿਆਂਦੇ ਲੋਕਾਂ ਦਾ ਅਤੇ ਆਪ ਭਾਵਨਾ ਵਾਲੇ ਲੋਕਾਂ ਦਾ ਬੜਾ ਫਰਕ ਹੁੰਦਾ, ਤਾਂ ਹੀ ਜੋਸ਼ ਦਾ ਫਰਕ ਸੀ। ਰਣਜੀਤ ਸਿੰਘ ਬ੍ਰਹਮਪੁਰਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਨੇ, ਉਹ ਵੀ ਇਸ ਰੈਲੀ ਵਿੱਚ ਪਹੁੰਚੇ ਸਨ ਅਤੇ ਰੈਲੀ ਤੋਂ ਬਾਅਦ ਉਹਨਾਂ ਨੇ ਬਹੁਤ ਵੱਡਾ ਦਾਅਵਾ ਕੀਤਾ ਹੈ। ਕਹਿੰਦੇ ਨੇ ਕਿ ਬਾਦਲ ਬੁਖਲਾਏ ਹੋਏ ਨੇ ਸਾਡਾ ਇਕੱਠ ਵੇਖ ਕੇ, ਇਸੇ ਕਰਕੇ ਸਾਡੇ 'ਤੇ ਕਾਂਗਰਸੀ ਹੋਣ ਦਾ ਟੈਗ ਲਾਇਆ ਜਾਂਦਾ ਹੈ ਬਾਦਲਾਂ ਦੇ ਵੱਲੋਂ। ਬਿਲਕੁਲ ਜੀ, ਇਹ ਤਾਂ ਉਹ ਬੁਖਲਾਏ ਹੋਏ ਆ, ਬਾਦਲ ਸਾਹਿਬ ਹੋਣੀ ਜਿਹੜੇ ਆ ਉਹਦਾ ਪਰਿਵਾਰ, ਉਹ ਸਾਰੇ ਸਾਥੀ ਬੁਖਲਾਏ ਆ। ਕੱਲ੍ਹ ਪਰਸੋਂ ਸਾਡੇ ਉੱਥੇ ਠੱਠੀਆਂ ਮਾਨਤਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਘਰ ਘਰ ਜਾ ਕੇ ਕਹਿੰਦੇ ਰਹੇ ਆ ਕਿ ਬਾਦਲ ਸਾਹਿਬ ਨੇ ਇਕੱਠ ਦੇ ਵਿੱਚ ਆਉਣਾ, ਜਿਹੜਾ ਬ੍ਰਹਮਪੁਰ ਸੱਦਿਆ ਅਤੇ ਢੀਂਡਸਾ ਜੀ ਨੂੰ ਅਤੇ ਇਹਨਾਂ ਸਾਰਿਆਂ ਨੂੰ ਸ਼ਾਮਿਲ ਕਰ ਲੈਣਾ। ਆ ਮੈਂ ਗੱਲ ਜਾਣ ਕੇ ਨਹੀਂ ਦੱਸੀ ਸਾਰਿਆਂ ਨੂੰ, ਬਈ ਲੋਕ ਜਿਹੜੇ ਉੱਥੇ ਨਾ ਜਾਣ, ਅਤੇ ਫਿਰ ਵੀ ਲੋਕ ਉੱਥੇ ਬਥੇਰੇ ਆ ਗਏ, ਇਸ ਕਰਕੇ ਉਹ ਤੇ ਬਖੜਾਏ ਆ, ਜੋ ਮਰਜ਼ੀ ਕਹੀ ਜਾਂਦੇ ਕੁਝ ਉਹਨਾਂ ਦੀ ਗੱਲ। ਦਰਅਸਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ 2 ਤਰੀਕ ਨੂੰ ਸੰਗਰੂਰ ਦੀ ਅਨਾਜ ਮੰਡੀ ਦੇ ਵਿੱਚ ਰੈਲੀ ਕੀਤੀ ਗਈ ਸੀ, ਜਿਸ ਵਿੱਚ ਬਹੁਤ ਭਰਵਾਂ ਇਕੱਠ ਹੋਇਆ ਸੀ। ਉਸ ਤੋਂ ਬਾਅਦ ਦਬਾਅ ਬਣ ਗਿਆ ਸੀ ਢੀਂਡਸਾ ਪਰਿਵਾਰ ਤੇ ਵੀ ਕਿ ਸੰਗਰੂਰ ਦੇ ਵਿੱਚ ਉਹਨਾਂ ਦਾ ਕਿੰਨਾ ਕੁ ਦਬਦਬਾ ਹੈ, ਉਹਨਾਂ ਨੂੰ ਵੀ ਦੱਸਣਾ ਹੀ ਪਏਗਾ। ਉਹਨਾਂ ਨੇ ਉਦੋਂ ਐਲਾਨ ਕਰ ਦਿੱਤਾ ਕਿ ਇਸੇ ਅਨਾਜ ਮੰਡੀ ਦੇ ਵਿੱਚ ਹੀ ਅਸੀਂ ਵੀ 23 ਤਰੀਕ ਨੂੰ ਰੈਲੀ ਕਰਾਂਗੇ ਅਤੇ ਰੈਲੀ ਕੀਤੀ ਅਤੇ ਇਕੱਠ ਵੀ ਕਾਫੀ ਭਰਵਾਂ ਹੋ ਗਿਆ, ਜਿਸ ਤੋਂ ਬਾਅਦ ਮੰਨਿਆ ਜਾਣ ਲੱਗਾ ਕਿ ਸੰਗਰੂਰ ਦੇ ਵਿੱਚ ਹਾਂ ਢੀਂਡਸਿਆਂ ਦਾ ਦਬਦਬਾ ਤਾਂ ਹੈ, ਪਰ ਕੀ ਉਹਨਾਂ ਹੀ ਦਬਦਬਾ ਹੈ ਜਿੰਨਾ ਬਾਦਲਾਂ ਦਾ ਹੈ? ਇਹ ਤਾਂ ਆਉਣ ਵਾਲੇ ਚੋਣਾਂ ਦੇ ਵਿੱਚ ਲੋਕ ਦੱਸਣਗੇ ਜਦੋਂ ਵੋਟਾਂ ਪੈਣਗੀਆਂ, ਕਿਉਂਕਿ ਇਕੱਠ ਬਹੁਤ ਹੋ ਜਾਂਦੇ ਨੇ ਜਦੋਂ ਵੋਟਾਂ ਪੈਂਦੀਆਂ ਨੇ। ਅਸਲੀ ਆਧਾਰ ਦਾ ਪਤਾ, ਅਸਲੀ ਦਬਦਬੇ ਦਾ ਪਤਾ ਤਾਂ ਉਦੋਂ ਹੀ ਲੱਗਦਾ ਹੈ, ਪਰ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਢਾਂਚਾ ਬਣਿਆ ਹੋਇਆ ਹੈ, ਉਸ ਵਿੱਚ ਇਕੱਠ ਕਰਨਾ ਸੌਖਾ ਹੋ ਜਾਂਦਾ ਹੈ। ਪਰ ਢੀਂਡਸਿਆਂ ਦੀ ਕੋਈ ਪਾਰਟੀ ਵੀ ਨਹੀਂ ਬਣਾਈ, ਪਰ ਫਿਰ ਵੀ ਉਹਨਾਂ ਨੇ ਕਾਫੀ ਵੱਡਾ ਇਕੱਠ ਕਰ ਲਿਆ, ਜਿਸ ਤੋਂ ਬਾਅਦ ਉਹ ਕਾਫੀ ਉਤਸ਼ਾਹ ਦੇ ਵਿੱਚ ਵੀ ਦਿਖਾਈ ਦਿੱਤੇ ਅਤੇ ਇਸੇ ਕਰਕੇ ਉਹਨਾਂ ਨੇ ਬੜਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਪਰ ਇਸ ਰੈਲੀ ਦੇ ਵਿੱਚ ਜਿਵੇਂ ਬਾਦਲਾਂ ਦੀ ਰੈਲੀ ਦੇ ਵਿੱਚ ਮਤੇ ਪਾਸ ਕੀਤੇ ਗਏ ਸਨ ਅਤੇ ਢੀਂਡਸਿਆਂ ਦਾ ਭੋਗ ਪਾ ਦਿੱਤਾ ਗਿਆ ਸੀ, ਰੈਲੀ ਦੇ ਵਿੱਚ ਕਥਿਤ ਤੌਰ ਤੇ ਭੋਗ ਪਾਇਆ ਗਿਆ ਸੀ, ਉਸੇ ਤਰ੍ਹਾਂ ਹੀ ਇਹਨਾਂ ਦੀ ਰੈਲੀ ਦੇ ਵਿੱਚ ਵੀ ਕੁਝ ਮਤੇ ਪਾਸ ਕੀਤੇ ਗਏ, ਜਿਸ ਵਿੱਚ ਸਭ ਤੋਂ ਵੱਡਾ ਮਤਾ ਇਹ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਬਰਖਾਸਤ ਕੀਤਾ ਜਾਂਦਾ ਹੈ। ਜਿਵੇਂ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਨਾਲੋਂ ਵੱਖ ਹੋ ਕੇ ਬਹੁਤ ਮਤੇ ਪਾਸ ਕਰਵਾਏ ਸਨ, ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਪ੍ਰਧਾਨ ਵੀ ਨਿਯੁਕਤ ਕਰਵਾ ਲਿਆ ਸੀ, ਉਸੇ ਤਰ੍ਹਾਂ ਹੀ ਹੁਣ ਇਹ ਵੀ ਮਤੇ ਪਾਸ ਕਰਦੇ ਫਿਰਦੇ ਨੇ। ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਬਰਖਾਸਤ ਕਰ ਦਿੱਤਾ ਹੈ ਇਸ ਰੈਲੀ ਵਿੱਚ ਮਤਾ ਪਾਸ ਕਰਕੇ। ਜਿਵੇਂ ਬਾਦਲਾਂ ਦੀ ਰੈਲੀ ਵਿੱਚ ਕਿਹਾ ਗਿਆ ਸੀ ਕਿ ਅਸੀਂ ਕੁਝ ਵੀ ਨਹੀਂ ਕਿਹਾ, ਸੰਗਤ ਚਾਹੁੰਦੀ ਸੀ, ਇਸ ਕਰਕੇ ਮਤੇ ਪਾਸ ਕੀਤੇ ਗਏ ਨੇ ਕਿ ਢੀਂਡਸਾ
ਬੱਚਿਆਂ ਨੂੰ ਪਾਰਟੀ ਵਿੱਚੋਂ ਕੱਢਿਆ ਜਾਵੇ। ਉਸੇ ਤਰ੍ਹਾਂ ਹੁਣ ਢੀਂਡਸੇ ਵੀ ਕਹਿੰਦੇ ਨੇ ਕਿ ਅਸੀਂ ਇਹ ਮਤਾ ਨਹੀਂ ਰੱਖਿਆ ਸੀ, ਸੰਗਤ ਨੇ ਕਿਹਾ ਸਾਨੂੰ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਦਾ ਮਤਾ ਪਾਸ ਕਰਨਾ ਚਾਹੀਦਾ, ਇਸੇ ਕਰਕੇ ਇਹ ਮਤਾ ਪਾਸ ਕੀਤਾ ਗਿਆ। ਇੱਕ ਦੂਜੇ ਨੂੰ ਸਵਾਲ ਜਵਾਬ ਕਰਦੇ ਇਹ ਲੀਡਰ ਦਿਖਾਈ ਦਿੰਦੇ ਨੇ, ਅੱਗੇ ਕੌਣ ਨਿਕਲਦਾ ਆਉਣ ਵਾਲੇ ਦਿਨਾਂ ਵਿੱਚ ਇਹ ਵੀ ਗੱਲ ਸਾਫ਼ ਹੋ ਜਾਏਗੀ। ਪਰ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਦਾ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਪੰਜਾਬ ਦੇ ਲੋਕਾਂ ਤੋਂ ਵੀ ਪੁੱਛ ਲੈਣਾ ਚਾਹੁੰਦੇ ਹਾਂ ਕਿ ਦੋਵਾਂ ਪਾਰਟੀਆਂ ਨੇ, ਦੋਵਾਂ ਧਿਰਾਂ ਨੇ ਰੈਲੀਆਂ ਕੀਤੀਆਂ ਨੇ, ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਦੀ ਰੈਲੀ ਵਿੱਚ ਜ਼ਿਆਦਾ ਇਕੱਠ ਸੀ? ਕੀ ਸੁਖਬੀਰ ਸਿੰਘ ਬਾਦਲ ਦਾ ਹੰਕਾਰ ਤੋੜਨ ਦੀ ਗੱਲ ਜੋ ਸੁਖਦੇਵ ਸਿੰਘ ਢੀਂਡਸਾ ਵੱਲੋਂ ਕੀਤੀ ਜਾ ਰਹੀ ਹੈ, ਕੀ ਉਹ ਸੱਚ ਹੈ? ਇਕੱਠ ਕਰਕੇ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਦਾ ਹੰਕਾਰ ਤੋੜ ਦਿੱਤਾ ਹੈ? ਇਸ ਬਾਰੇ ਤੁਹਾਡੀ ਜੋ ਵੀ ਰਾਏ ਹੈ ਇਸ ਖਬਰ 'ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਯੂਟਿਊਬ 'ਤੇ ਦਾ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਬੈਲ ਵਾਲਾ ਬਟਨ ਜ਼ਰੂਰ ਦਬਾ ਲੈਣਾ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਤਾਂ ਪੰਜਾਬ ਟੀਵੀ, ਹਰ ਖਬਰ ਦਾ ਸੱਚ।